एवरीवन वेलकम और वेलकम बैक टू माय चैनल पंजाबी यूनिवर्सिटी पटियाला ने सारे सेमेस्टरस दी डेट शीट ਜਿਹੜੀ ਅਪਲੋਡ ਕਰ ਦਿੱਤੀ ਹੈ सेमेस्टर ਚੌਥਾ ਦੀ ਜਿਹੜੀ ਡੇਟ ਸ਼ੀਟ ਹੈ ਰੈਗੂਲਰ ਵਾਲਿਆਂ ਦੀ ਅਤੇ ਡਿਸਟੈਂਸ ਵਾਲਿਆਂ ਦੀ ਆਪਾਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਰੈਗੂਲਰ ਵਾਲਿਆਂ ਦੀ ਰੈਗੂਲਰ ਕਪੈਸਿਟੀ ਦੇ ਜਿਹੜੇ ਰੀਪੀਅਰ ਐਡੀਸ਼ਨਲ ਵਾਲੇ ਪੇਪਰ ਦੇ ਬੱਚੇ ਨੇ ਇੰਪਰੂਵਮੈਂਟ ਵਾਲੇ ਬੱਚੇ ਨੇ ਉਹ ਇਹ ਵਾਲੀ ਡੇਟ ਸ਼ੀਟ ਫੋਲੋ ਕਰਨਗੇ ਟਾਈਮਿੰਗ ਥੋੜੀ ਸਵੇਰ ਦੀ ਹੈ 9:30 ਤੋਂ 12:30 ਵਜੇ ਤੱਕ ਤਾਂ 6 ਮਈ ਤੋਂ ਥੋੜੇ ਪੇਪਰ ਸ਼ੁਰੂ ਨੇ ਠੀਕ ਹੈ 7 6 ਦੇ 4 ਤੋਂ ਨੇ ਤੇ ਤੁਹਾਡੇ ਜਿਹੜੇ ਨੇ 6 ਤੋਂ 6 ਨੂੰ ਥੋੜਾ ਇਕਨੋਮਿਕਸ ਦਾ ਪੇਪਰ ਹੈ ਡਿਫੈਂਸ ਦਾ ਹੈ ਫਾਈਨੈਂਸ ਦਾ ਹੈ এডਿਕੇਸ਼ਨ ਦਾ ਹੈ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਚ 8 ਮਈ ਨੂੰ ਤੁਹਾਡਾ ਪੇਪਰ ਹੈ ਹਿਸਟਰੀ ਦਾ ਹਿਸਟਰੀ ਆ ਪੰਜਾਬ ਜਿਹੜੀ ਆਪਾਂ ਕਵਰ ਕਰ ਰਹੇ ਗੁਰਨਾਨਕ ਦੇਵ ਜੀ ਵਾਲੀ ਸਾਈਕੋਲੋਜੀ ਦਾ ਮੈਥਸ ਤੇ ਫਿਲਾਸਫੀ ਦਾ ਪੇਪਰ ਹੈ 8 ਮਈ ਨੂੰ ਸਵੇਰੇ 13 ਮਈ ਨੂੰ ਪੇਪਰ ਹੈ ਇੰਗਲਿਸ਼ ਕੰਪਲਸਰੀ ਦਾ 16 ਮਈ ਨੂੰ ਪੇਪਰ ਹੈ ਪੰਜਾਬੀ ਲਾਜ਼ਮੀ ਦਾ 18 ਮਈ ਨੂੰ ਪੇਪਰ ਹੈ ਤੁਹਾਡਾ ਜੀਓਗ੍ਰਾਫੀ ਦਾ ਮਿਊਜ਼ਿਕ ਵੋਕਲ ਕੰਪਿਊਟਰ ਸਾਇੰਸ ਲਿੰਗੁਇਸਟਿਕ ਗੁਰਮੰਦਾ ਇਨਫੋਰਮੇਸ਼ਨ ਟੈਕਨੋਲੋਜੀ ਦਾ 18 ਨੂੰ ਪੇਪਰ ਹੈ 21 ਮਈ ਨੂੰ ਤੁਹਾਡਾ ਪੇਪਰ ਹੈ ਲਿਟਰੇਚਰ ਵਾਲਿਆਂ ਦੇ ਕੋਈ ਵੀ ਤੁਹਾਡੇ ਕੋਲ ਲਿਟਰੇਚਰ ਹੈ ਤਾਂ ਤੁਹਾਡਾ 21 ਮਈ ਨੂੰ ਪੇਪਰ ਹੈ ਪੰਜਾਬੀ ਲਿਟਰੇਚਰ ਇੰਗਲਿਸ਼ ਲਿਟਰੇਚਰ ਹਿੰਦੀ ਲਿਟਰੇਚਰ ਉਰਦੂ ਅਤੇ ਸੰਸਕ੍ਰਿਤ ਤੇ 23 ਤਰੀਕ ਨੂੰ ਤੁਹਾਡਾ ਪੇਪਰ ਹੈ ਸੋਸ਼ੀਓਲੋਜੀ ਦਾ ਰੂਰਲ ਡਿਵੈਲਪਮੈਂਟ ਦਾ ਆਫਿਸ ਮੈਨੇਜਮੈਂਟ ਹੋਮ ਮੈਨੇਜਮੈਂਟ ਪ੍ਰਿੰਸੀਪਲ ਆਫ ਪ੍ਰੈਕਟਿਸ ਜੋ ਵੀ ਤੁਹਾਡੇ ਇਹ ਪੇਪਰ ਨੇ ਇਹ ਤੁਹਾਡੇ 23 ਨੂੰ ਹੋਣਿਆ 27 ਮਈ ਨੂੰ ਤੁਹਾਡਾ ਪੇਪਰ ਹੈ ਪੋਲੀਟੀਕਲ ਸਾਇੰਸ ਦਾ ਤਬਲਾ ਦਾ ਕਲਾਸਿਕਲ ਡਾਂਸ ਡਰਾਮੈਟਿਕ ਆਰਟ ਸਟੈਟਿਸਟਿਕਸ ਪੁਲਿਸ ਐਡਮਿਨਿਸਟ੍ਰੇਸ਼ਨ ਦਾ 7 ਜੂਨ ਨੂੰ ਤੁਹਾਡਾ ਪੇਪਰ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਤਈ ਦੇ ਵਿੱਚ ਤੁਹਾਨੂੰ ਕਾਫੀ ਛੁੱਟੀਆਂ ਨੇ 10 ਦੇ ਕਰੀਬ ਛੁੱਟੀਆਂ ਨੇ ਤਾਂ 7 ਜੂਨ ਨੂੰ ਤੁਹਾਡਾ ਪੇਪਰ ਹੈ ਪਬਲਿਕ ਐਡ ਦਾ ਹੋਮ ਸਾਇੰਸ ਦਾ 뮤직 ਦਾ ਹਿਸਟਰੀ ਆਫ ਆਰਟ ਦਾ ਤੇ ਫਿਜ਼ੀਕਲ ਐਜੂਕੇਸ਼ਨ ਦਾ 7 ਜੂਨ ਨੂੰ 11 ਜੂਨ ਨੂੰ ਪੇਪਰ ਹੈ ਮੈਥਸ ਦਾ ਕੋਸਮੈਟੋਲੋਜੀ ਦਾ ਸਟੈਟਿਸਟਿਕਸ ਦਾ 13 ਜੂਨ ਨੂੰ ਵੀਰਵਾਰ ਨੂੰ ਤੁਹਾਡਾ ਪੇਪਰ ਹੈ ਜਰਨਲਿਜ਼ਮ ਦਾ ਫੈਸ਼ਨ ਡਿਜ਼ਾਈਨਿੰਗ ਰਿਲੀਜਨ ਦਾ ਪੇਪਰ ਜਿਹੜਾ ਹੈ ਬਹੁਤ ਸਾਰੇ ਬੱਚੇ ਨੇ ਆਪਟ ਕੀਤਾ ਹੈ 13 ਜੂਨ ਨੂੰ ਤੁਹਾਡਾ ਪੇਪਰ ਹੈ ਟੂ ਟ੍ਰੈਵਲ ਮੈਨੇਜਮੈਂਟ ਦਾ ਵੀ ਜਿਹੜਾ ਹੈ 13 ਨੂੰ ਪੇਪਰ ਹੈ ਔਮਨ ਸਟੱਡੀ ਦਾ ਅਤੇ ਐਗਰੋ ਸਰਵਿਸਿਜ਼ ਐਡਵਰਟਾਈਜ਼ਮੈਂਟ ਸੇਲਸ ਪ੍ਰੋਮੋਸ਼ਨ ਦਾ ਵੀ ਪੇਪਰ ਜਿਹੜਾ ਹੈ ਤੁਹਾਡਾ 13 ਜੂਨ ਨੂੰ ਆ 15 ਜੂਨ ਨੂੰ ਮੈਥ ਦਾ ਪੇਪਰ ਐਗਰੋ ਸਰਵਿਸਿਜ਼ ਦਾ ਪੇਪਰ ਹੈ ਤਾਂ ਟਾਈਮ ਜਿਹੜੀ ਹੈ ਨੋਟ ਡਾਊਨ ਆਪਣਾ ਕਰ ਲਓ ਤੁਹਾਡਾ ਪੇਪਰ ਹੈਗਾ ਰੈਗੂਲਰ ਵਾਲਿਆਂ ਦਾ ਸਵੇਰ ਦਾ 9:30 ਤੋਂ 12:30 ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਜਿਹੜੇ ਵਿਦਿਆਰਥੀ ਡਿਸਟੈਂਸ ਤੇ ਪ੍ਰਾਈਵੇਟ ਵਾਲੇ ਨੇ ਐਡੀਸ਼ਨਲ ਨੇ ਰੀਪੀਅਰ ਹੈ ਇੰਪਰੂਵਮੈਂਟ ਵਾਲੇ ਸਪੈਸ਼ਲ ਚਾਂਸ ਵਾਲੇ ਜਿਹੜੇ ਕਿ ਘਰ ਬੈਠ ਕੇ ਸਟੱਡੀ ਕਰ ਰਹੇ ਹਨ ਤਾਂ ਉਹਨਾਂ ਦਾ ਰੀਪੀਅਰ ਆਈ ਹੋਈ ਹੈ ਉਹ ਸਪੈਸ਼ਲ ਚਾਂਸ ਦੇ ਨੇ ਤਾਂ ਉਹਨਾਂ ਦੇ ਲਈ এবਲੀਡੇਟ ਸ਼ੀਟ ਜਿਹੜੀ ਹੈਗੀ ਹੈ ਅਪਲੋਡ ਕੀਤੀ ਗਈ ਹੈ 6 ਤਰੀਕ ਨੂੰ ਤੁਹਾਡੇ ਵੀ ਪੇਪਰ ਸਟਾਰਟ ਹੈ ਤੇ ਤੁਹਾਡੇ ਜਿਹੜੇ ਪੇਪਰ ਹੁੰਦੇ ਨੇ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦਾ ਕਈ ਵਾਰ ਦੋ ਸ਼ਿਫਟਾਂ ਚ ਦੋ ਪੇਪਰ ਹੋ ਜਾਂਦੇ ਨੇ ਇੰਗਲਿਸ਼ ਤੇ ਕੰਬਲਸਰਡਾ ਪੇਪਰ ਜਿਹੜਾ ਹੈ ਉਹ ਤੁਹਾਡਾ ਸ਼ਾਮ ਦੀ ਜਿਹੜੀ ਹੈਗੀ ਹੈ ਸ਼ਿਫਟ ਦੇ ਵਿੱਚ ਹੋਏਗਾ ਬਾਕੀ ਸਾਰੇ ਪੇਪਰ ਥੋੜੇ ਸਵੇਰੇ ਨੇ ਤਾਂ 6 ਮਈ ਨੂੰ ਪੇਪਰ ਹੈ ਇਕਨੋਮਿਕਸ ਦਾ ਐਜੂਕੇਸ਼ਨ ਦਾ ਡਿਫੈਂਸ ਦਾ ਸ਼ਾਮ ਨੂੰ ਤੁਹਾਡਾ ਕੋਈ ਵੀ ਪੇਪਰ ਨਹੀਂ ਹੈ ਤੇ ਬਾਕੀ ਜਿਹੜਾ ਹੈ ਤੁਹਾਡਾ ਪੇਪਰ ਹੈਗਾ 8 ਨੂੰ ਬੁੱਧਵਾਰ ਨੂੰ ਠੀਕ ਹੈ ਤਾਂ 8 ਨੂੰ ਤੁਹਾਡਾ ਪੇਪਰ ਹੈ ਹਿਸਟਰੀ ਦਾ ਮੈਥ ਦਾ ਫਿਲਾਸਫੀ ਦਾ ਸਾਈਕੋਲੋਜੀ ਦਾ ਸ਼ਾਮ ਨੂੰ ਪੇਪਰ ਨਹੀਂ ਹੈ ਤੁਹਾਡਾ 13 ਤਰੀਕ ਨੂੰ ਤੁਹਾਡਾ ਸ਼ਾਮ ਨੂੰ ਪੇਪਰ ਹੈ 1:30 ਵਜੇ ਤੋਂ ਲੈ ਕੇ 4:30 ਵਜੇ ਤੱਕ ਇੰਗਲਿਸ਼ ਦਾ ਠੀਕ ਹੈ ਤਾਂ 13 ਮਈ ਨੂੰ ਤੁਹਾਡਾ ਜਿਹੜਾ ਹੈ ਇੰਗਲਿਸ਼ ਦਾ ਪੇਪਰ ਹੈ ਸ਼ਾਮ ਨੂੰ ਨੋਟ ਡਾਉਨ ਕਰ ਲਓ ਸ਼ਾਮ ਦਾ ਪੇਪਰ ਹੈ ਬਾਕੀ ਸਾਰੇ ਪੇਪਰ ਜਿਹੜੇ ਨੇ ਉਹ ਤੁਹਾਡੇ ਸਵੇਰ ਦੇ ਨੇ ਇੰਗਲਿਸ਼ ਤੇ ਪੰਜਾਬੀ ਦਾ ਪੇਪਰ ਜਿਹੜਾ ਹੈ ਉਹ ਤੁਹਾਡਾ ਸ਼ਾਮ ਦਾ ਫਾਈਨ 16 ਨੂੰ ਮਈ ਨੂੰ ਤੁਹਾਡਾ ਪੇਪਰ ਹੈ ਪੰਜਾਬੀ ਦਾ 13 ਮਈ ਨੂੰ ਪੇਪਰ ਹੈ ਤੁਹਾਡਾ ਇੰਗਲਿਸ਼ ਦਾ 16 ਨੂੰ ਪੰਜਾਬੀ ਦਾ ਲਾਜ਼ਮੀ ਦਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈ 18 ਨੂੰ ਤੁਹਾਡਾ ਪੇਪਰ ਹੈ ਲਿੰਗੁਇਸਟਿਕ ਦਾ ਗੁਰਮਤ ਦਾ ਕੰਪਿਊਟਰ ਦਾ 22 ਮਈ ਨੂੰ ਇਲੈਕਟਿਵ ਦੇ ਸਾਰੇ ਪੇਪਰ ਨੇ ਹਿੰਦੀ ਇੰਗਲਿਸ਼ ਪੰਜਾਬੀ ਇਲੈਕਟਿਵ ਅਤੇ ਸੰਸਕ੍ਰਿਤ ਉਰਦੂ ਦਾ 23 ਮਈ ਨੂੰ ਤੁਹਾਡਾ ਪੇਪਰ ਹੈ ਸੋਸ਼ੀਓਲੋਜੀ ਦਾ ਜਿਹੜੇ ਵੀ ਬੱਚੇ ਨੇ ਸੋਸ਼ੀਓਲੋਜੀ ਆਪਟ ਕੀਤੀ ਹੈ 23 ਨੂੰ ਪੇਪਰ ਹੈ ਰੂਰਲ ਡਿਵੈਲਪਮੈਂਟ ਦਾ ਵੀ 23 ਨੂੰ ਪੇਪਰ ਹੈ 27 ਨੂੰ ਪੇਪਰ ਹੈ ਪੋਲੀਟੀਕਲ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਤਬਲਾ ਦਾ 7 ਜੂਨ ਨੂੰ ਫਿਰ ਤੁਹਾਡਾ ਪੇਪਰ ਹੈ ਪਬਲਿਕ ਐਡ ਦਾ ਹਿਸਟਰੀ ਆਫ ਆਰਟ ਦਾ ਤਾਂ ਹਿਸਟਰੀ ਆਫ ਆਰਟ ਵਾਲਾ ਤਾਂ ਬਹੁਤ ਘੱਟ ਬੱਚਿਆਂ ਕੋਲੇ ਆ ਆਪਣੇ ਕੋਲੇ ਜ਼ਿਆਦਾਤਰ ਬੱਚਿਆਂ ਕੋਲੇ ਹਿਸਟਰੀ ਜਿਹੜੀ ਹੈਗੀ ਹੈ ਆਵਲੀਏ ਜਿਹਦਾ ਪੇਪਰ ਜਿਹੜਾ ਹੈ 3 ਮਈ ਨੂੰ ਹੈ ਨੋ ਡਾਉਨ ਕਰ ਲਓ ਥੋੜੇ ਸਬਦੀ ਤਕਰੀਬਨ ਹਿਸਟਰੀ ਹਿਸਟਰੀ ਆਫ ਪੰਜਾਬ ਹੈ ਗੁਰੂ ਨਾਨਕ ਦੇਵ ਜੀ ਵਾਲੀ ਉਹਦਾ ਪੇਪਰ ਜਿਹੜਾ ਹੈ ਆਪਣਾ ਤੁਹਾਡਾ ਜਿਹੜਾ ਹੈਗਾ 8 ਨੂੰ ਹੈ ਠੀਕ ਹੈ ਇਹ ਨੋ ਡਾਉਨ ਕਰ ਲਓ ਉਸ ਤੋਂ ਬਾਅਦ ਜਿਹੜਾ ਹੈ 11 ਜੂਨ ਨੂੰ ਤੁਹਾਡਾ ਪੇਪਰ ਹੈ ਮੈਥਸ ਦਾ 13 ਜੂਨ ਨੂੰ ਰਿਲੀਜੀਅਨ ਦਾ ਔਰ ਵਿਮਨ ਸਟਡੀ ਦਾ ਅਤੇ 15 ਜੂਨ ਨੂੰ ਮੈਥਸ ਦਾ ਪੇਪਰ ਤਾਂ ਇਹ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕੀਤਾ ਜਾਵੇ ਥੈਂਕ ਯੂ ਸੋ ਮੱਚ